ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਰਾਤ ਦੀ ਸ਼ੋਪਿੰਗ ਆ ਸਾਡੀ, ਅੱਜ ਰਾਤ ਦੀ ਸ਼ੋਪਿੰਗ ਆ ਤੇ ਨਾਲ ਹੀ ਸਾਡੀ ਗਰਮੀਆਂ ਦੀ ਸਾਹਿਬ ਦੀ, ਅੱਜ ਸਾਹਿਬ ਦੀ। ਤੇ ਆਪਾਂ ਫੇਰ ਪਹੁੰਚ ਗਏ ਆ ਅਨਮੋਲ ਕਿਡਸ ਐਂਡ ਲੇਡੀਜ਼ ਵੇਅਰ ਜਲੰਧਰ। ਤੁਸੀਂ ਇਹ ਵੀ ਲਾ ਦੋ ਨਾ ਕਿ ਕਿੱਥੋਂ, ਮੈਂ ਵੀ ਆਪਣੇ ਪਜਾਮੇ ਟੀ ਸ਼ਰਟਾਂ ਇੱਥੋਂ ਲਈ ਦੀਆਂ ਆ, ਪਤਾ ਹੀ ਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਇਧਰੋਂ ਪਸੰਦ ਕਰ ਲੋ, ਉਧਰ ਬੜੇ ਲਾਲ ਰੰਗ ਦੇ ਡੰਗੇ ਸਾਰੇ, ਸਾਹਿਬ ਨੂੰ ਆ ਜੂਗੀ, ਆ ਜਾਣੀ ਤੇ ਲੈ ਲੋ ਫਿਰ। ਛੇਤੀ ਛੇਤੀ ਸ਼ੋਪਿੰਗ ਕਰੋ, ਅੱਜ ਮਿੰਟਾਂ ਵਾਲਾ ਹੀ ਕੰਮ ਕਰੋ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਜੀ, ਪੁੱਛ ਲੋ ਲੱਗਦਾ ਮਾਸੀ ਜੀ ਕਹਿੰਦੇ ਮੈਂ ਫੜਦੀ ਆ ਇਹਨੂੰ, ਗਾੜੀ ਗਾੜੀ ਭੱਜਾ ਪਿੰਡ। ਚਲੋ ਚਲੋ ਚਲੋ, ਟਾਈਮ ਵੇਸਟ ਨੀ, ਅੱਜ ਟਾਈਮ ਵੇਸਟ ਨੀ, ਟਾਈਮ ਬਹੁਤ ਦੋ ਹੋ ਗਏ ਨਾ, ਦੋ ਹੋ ਗਏ, ਪੰਜ ਹੀ ਕਰਦੇ ਆ ਬਸ, ਵੇਖ ਲੋ ਵੇਖ ਲੋ। ਭਾਬੀ ਜੀ ਦੀਪੋ ਆਉਗੀ ਪਸੰਦ, ਆਏਗੀ ਕਾਲਰ ਵਾਲੀਆਂ, ਹਾਂਜੀ ਛੋਟੀ ਨਹੀਂ ਸਾਈਜ਼ ਦੇ ਦਿੰਦੇ, ਹੋਰ ਵੱਡਾ ਕੋਈ, ਹਾਂ ਇਹ ਤੋਂ ਵੱਡਾ ਸਾਈਜ਼, ਵੱਡਾ ਸਾਈਜ਼ ਦੇ ਦਿਓ ਦੀਦੀ, ਇਹ ਪਜਾਮੇ ਕਰ ਸੇਮ ਚ ਬਾਈ ਕੱਟ ਕੇ ਲਿਆ ਬਤੂ, ਹਾਂ ਇਧਰ ਹੀ ਸਾਈਜ਼ ਉਧਰ ਚੱਲ ਜਾ, ਹਾਂ ਇੱਕ ਟੀ ਸ਼ਰਟ ਕਹਿੰਦੇ ਨਹੀਂ ਸੀ ਲਾ ਕੇ ਦੇ ਦਿਓ, ਡਰੈਸ ਤਾਂ ਮੈਂ ਨਾ ਕਰਿਆ ਛੋਟੀ ਨਹੀਂ, ਵੈਸੇ ਲੈਂਥ ਤੇ ਠੀਕ ਆ ਪਰ ਇਹ ਹਾਂ ਵੈਸੇ ਹੀ ਲੱਗ ਰਹੀ ਆ। ਸੱਚੀ ਦੀਦੀ ਸੱਚੀ ਕਿ ਜੇ ਉਦਾਂ ਮਜ਼ਾਕ ਕਰਨ ਦੇ ਜੇ, ਪਤਲੇ ਹੋਏ ਹਾਏ ਹਾਏ, ਉਧਰ ਭਾਵੇਂ ਪਤਲੇ ਨਾ ਹੁੰਦੇ, ਹੁਣ ਆਹ ਚਾਰ ਦਿਨ ਹੋਰ ਪਤਲੇ ਕਰ ਦੇਣਾ, ਜਦੋਂ ਕੋਈ ਕਹਿ ਦਿੰਦਾ ਨਾ ਉਦੋਂ ਦਿਲ ਕਰਦਾ ਹੋਰ ਹੋ ਜੀ, ਨਹੀਂ ਇੰਨਾ ਕਿ ਤਾਂ ਚਾਹੀਦਾ ਵੀ ਆ, ਹਾਂਜੀ ਨਾ ਖਰੀਦਾਂਗੇ ਹਨਾ। ਠੀਕ ਹੈ
ਗੰਦੇ ਆ ਨਾਲੇ ਨਾਲੇ ਕੁੜੀਆਂ ਸ਼ੋਪਿੰਗ ਕਰਨ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਮਨ ਤੇ ਫੁੜਕੀ ਜਾਂਦਾ ਨਾ ਸਹੀ ਗੱਲ ਨਾਲੇ ਸੂਟਾਂ ਨੂੰ ਲੈ ਕੇ ਉਂਝ ਵੀ ਜਦੋਂ ਸੂਟ ਕਿਸੇ ਦੂਸਰੇ ਪਰਸਨ ਨੇ ਪਾਇਆ ਹੋਵੇ ਨਾ ਉਹ ਜ਼ਿਆਦਾ ਹੀ ਵਧੀਆ ਲੱਗਦਾ ਆ ਹਨਾ ਅੱਜ ਹੈਪੀ ਬਰਥਡੇ ਤੇ ਗਿਫਟ ਹੋ ਜੂਗਾ ਸਹੀ ਗੱਲ ਆ ਕਿੱਧਰ ਆ ਜਾਓ ਆ ਜਾਓ ਸ਼ੋਪਿੰਗ ਆਈ ਸੀ ਕਰਨ ਸਿਰਫ ਆਏ ਸੀ ਸਿਰਫ ਸਾਹਿਬ ਦੀ ਕਰਨ ਇੱਧਰ ਤੁਸੀਂ ਆਪਣੀ ਲੈ ਇੱਕ ਕੈਪਰੀ ਲਈ ਚਿੱਟੇ ਰੰਗ ਦੀ ਵਾ ਸਾਹਿਬ ਲਈ ਆਹ ਵੇਖੋ ਆਹ ਕਿੱਡੀਆਂ ਆਹ ਦੇਖੋ ਉਹ ਤਾਂ ਚਾਰ ਟੀ-ਸ਼ਰਟਾਂ ਲਈਆਂ ਬਸ ਤੇ ਤੁਸੀਂ ਕਿਹਾ ਕੱਲੀ ਸਾਹਿਬ ਲਈ ਮੈਂ ਆਪ ਕੱਲੀ ਆਪਣੀ ਟੀ-ਸ਼ਰਟ ਕੈਪਰੀ ਲਈ ਨਹੀਂ ਮੇਰੇ ਕੋਲ ਉਧਰ ਉਹ ਵੀ ਆਪਣੇ ਸੂਟ ਵੇਖਣ ਲੱਗ ਪਈਆਂ ਮੈਡਮਾਂ ਦੋਨੇ ਜਾਣੀਆਂ ਆ ਵੇਖੀ ਮੇਰੀ ਟੀ-ਸ਼ਰਟ ਅਸਲ 'ਚ ਮੈਂ ਟੀ-ਸ਼ਰਟਾਂ ਇੱਥੋਂ ਤਾਂ ਲਈਆਂ ਵਾ ਕਿਉਂਕਿ ਭਾਜੀ ਹੁਣ ਜਿਹੜੀਆਂ ਪਹਿਲਾਂ ਟੀ-ਸ਼ਰਟਾਂ ਖੜੀਆਂ ਨਾ ਬਹੁਤ ਵਧੀਆ ਹੰਡੀਆਂ ਨਹੀਂ ਆ ਵੇਖ ਇੱਕ ਸੀਜ਼ਨ ਇਹ ਵਾਂਡੇ ਵਾਸਤੇ ਪੈ ਜਾਂਦੀਆਂ ਅਗਲੇ ਸੀਜ਼ਨ ਘਰ ਪੈ ਜਾਂਦੀਆਂ ਖਰਾਬ ਨਹੀਂ ਹੁੰਦੀਆਂ ਇਹ ਨਹੀਂ ਸਟਫ ਵਧੀਆ ਹੁੰਦਾ ਕਦੀ ਨਹੀਂ ਖਰਾਬ ਤੇ ਤਾਂ ਕਰਕੇ ਥੈਂਕ ਯੂ ਭਾਜੀ ਬਹੁਤ ਵਧੀਆ ਸਟਫ ਹੁੰਦਾ ਤਾਂ ਹੀ ਅਸੀਂ ਸੱਚੀ ਗੱਲ ਕੱਪੜਾ ਬਹੁਤ ਵਧੀਆ ਹੁੰਦਾ ਤਾਂ ਹੀ ਅਸੀਂ ਵਾਰ-ਵਾਰ ਇੱਥੇ ਹੀ ਆਉਂਦੇ ਹਾਂ ਬੱਚਿਆਂ ਦੇ ਕੱਪੜੇ ਖਰੀਦਣ ਹਾਂਜੀ ਘਰੋਂ ਇੱਕੋ ਹੀ ਗੱਲ ਗੱਡੀ 'ਚ ਕਰਦੇ ਆਉਂਦੇ ਸੀ ਸਾਹਿਬ ਇਕੱਲੇ ਦੇ ਕੱਪੜੇ ਲੈਣੇ ਆ ਉਹ ਵੀ ਜ਼ਿਆਦਾ ਨਹੀਂ ਲੈਣੇ ਆ ਵੇਖੀ ਥੋੜੇ ਥੋੜੇ ਲੈਣੇ ਆ ਬਾਕੀ ਸ਼ੋਪ ਤੇ ਬਹੁਤ ਜ਼ਿਆਦਾ ਮਟੀਰੀਅਲ ਆ ਹਾਂਜੀ ਭੂਆ ਜੀ ਆਇਆ ਕੋਈ ਪਸੰਦ ਅੱਜ ਮੇਰਾ ਬਰਥਡੇ ਮੈਨੂੰ ਗਿਫਟ ਦੇ ਕੋਈ ਹਾਏ ਮੈਂ ਮਾਜਾ ਮੈਂ ਹੁਣੇ ਗਿਫਟ ਦੇ ਦੀ ਮੈਂ ਤੈਨੂੰ ਦੁਕਾਨ ਗਿਫਟ ਕਰ ਦੇਣੀ ਆਂਦੇ ਜੇ ਤੇ ਹੈ ਦੁਕਾਨ ਖਰੀਦ ਦਈਏ ਹੋਰ ਹੈ ਕਲਰ ਵੀ ਲੱਗਦਾ ਨਹੀਂ ਜਸਟ ਜਿਹਾ ਹੁਣ ਤੱਕ ਚਲੋ ਬਈ ਭਾਬੀ ਦਾ ਬਰਥਡੇ ਕਿਤੇ ਮੈਨੂੰ ਗਿਫਟ ਚਾਹੀਦਾ ਦੋ ਗਿਫਟ ਚਾਹੀਦਾ ਵਾ ਕੇ ਹੋਰ ਚਾਹੀਦਾ ਨਹੀਂ ਮੈਂ ਵੀ ਕਹਿੰਨੀ ਮੇਰਾ ਵੀ ਬਰਥਡੇ ਆ ਜਿਹੜਾ ਹੀ ਕੱਢ ਦੇ ਆ ਵੇਖੋ ਕਿੰਨਾ ਸੋਹਣਾ ਭਾਬੀ ਜੀ ਆ ਵੇਖੋ ਆ ਵਾਲਾ ਇਹਦੀ ਚੀਜ਼ ਕਿੰਨਾ ਰੱਖਿਆ ਅੱਛਾ ਵੈਸੇ ਭਾਬੀ ਜਿਹੜਾ ਤੁਸੀਂ ਸੂਟ ਪਾਇਆ ਵੈਸੇ ਵੀ ਇਦਾਂ ਦਾ ਲੱਗਣ ਡਿਆ ਪਾਕਿਸਤਾਨੀ ਕਿਉਂ ਮੈਂ ਸਹੀ ਕਿਹਾ ਨਾ ਹਾਂ ਸਹੀ ਕਿਹਾ ਤੁਸੀਂ ਹਾਂਜੀ ਹਾਂਜੀ ਭੂਆ ਜੀ ਤੁਹਾਨੂੰ ਇਹ ਵੀ ਪਸੰਦ ਪਸੰਦ ਕਰਨ ਦੇ ਜਿਹੜਾ ਕੱਢ ਕੇ ਉਹ ਪਸੰਦ ਆਣਾ ਹੈ ਇਹ ਪਸੰਦ ਆ ਜੀ ਹਾਂ ਫਿਟਿੰਗ ਚਲੋ ਥੋੜੀ ਜਿਹੀ ਹੋ ਜਾਏ ਫਿਟਿੰਗ ਬਣਾ ਕਰਨੀ ਪੈਣੀ ਫਿਰ ਇਹਨਾਂ ਦੇ ਐਮ ਦੀ ਦੇ ਪ੍ਰੋਪਰ ਹੋਗੀ ਐਲ ਦੀ ਖੁੱਲਾ ਲੱਗਦਾ ਦੀਦੀ ਹੁਣਾਂ ਨੂੰ ਇਹ ਮੌਜ ਹੁੰਦੀ ਹੋਣੀ ਜਦੋਂ ਮਤਲਬ ਕਿ ਮਟੀਰੀਅਲ ਆਉਂਦਾ ਹੋਣਾ ਜਿਹੜਾ ਵਧੀਆ ਲੱਗਦਾ ਨਾ ਦੀਦੀ ਚ ਠੀਕ ਆ ਠੀਕ ਮੈਂ ਕਿਹਾ ਸ਼ਾਇਦ ਪਹਿਲਾਂ ਆਉਂਦੇ ਹੁਣ ਮੈਂ ਆਹ ਵਾਲਾ ਪਾ ਲੈਂਦੀ ਹਾਂ ਸੂਟ ਚਲੋ ਇੱਥੇ ਹੱਥ ਸਮਝਾ ਕੇ ਬਾਕੀ ਸੂਟ ਬਹੁਤ ਸੋਹਣੇ ਆ ਇਹਦੇ ਛੋਟੇ ਹਾਂਜੀ ਦੇਖ ਲਓ
ਦੋਵੇਂ ਚੀਜ਼ਾਂ ਨੇ ਕਾਬੂ ਕਰਨੇ ਹੋਏ ਉਹਨੂੰ ਉਹਦੀ ਖੇਡਣ ਉਹਦੇ ਨਾਲ ਵੀ ਨਹੀਂ ਖੇਡਣ ਦਿੰਦੀ ਮੈਨੂੰ ਤੁਹਾਡਾ ਵੱਡੇ ਗਿਫਟ ਰਹਿ ਗਿਆ ਜੇ ਕਿਸਮਤ ਚ ਹੋਇਆ ਕੀ ਪਤਾ ਤੁਹਾਨੂੰ ਰਾਤ ਮਿਲ ਹੀ ਜਾਵੇ ਜੇ ਉਹ ਵੀ ਜੇ ਸਹੀ ਗੱਲ ਆ ਦੁਕਾਨਾਂ ਪੈਂਦਾ ਬਿਲਕੁਲ ਜਾਇਜ਼ ਰੇਟ ਲਾਉਂਦੇ ਆ ਤਾਂ ਹੀ ਇੱਥੇ ਵਾਰ ਵਾਰ ਆਈਦਾ ਤੁਸੀਂ ਸਾਡੇ ਬੜੇ ਵਲੋਗ ਵੇਖੇ ਹੋਣੇ ਆ ਕਿ ਅਸੀਂ ਇੱਥੋਂ ਕਿੰਨੀ ਸ਼ੋਪਿੰਗ ਕਰਦੇ ਆ ਤੇ ਭਾਜੀ ਹੁਣਾਂ ਨੂੰ ਪਤਾ ਹੀ ਆ ਚਲੋ ਬਾਕੀ ਬਹੁਤ ਵਧੀਆ ਸਾਰਾ ਸਮਾਨ ਕੱਪੜੇ ਬੱਚਿਆਂ ਦੇ ਵੈਰਾਈਟੀ ਬਹੁਤ ਆ ਮੇਨ ਵੈਰਾਈਟੀ ਬਹੁਤ ਆ ਜਿੱਦਾਂ ਦੀ ਮਰਜ਼ੀ ਮਨਚਾਹੀ ਚੀਜ਼ ਮਿਲਦੀ ਆ ਤੇ ਮੇਰੀ ਗੱਲ ਸੁਣੋ ਤੇ ਮਨਚਾਹੀ ਚੀਜ਼ ਤੇ ਮਿਲ ਜਾਂਦੀ ਹਰ ਵਾਰੀ ਦੀਦੀ ਨੂੰ ਲਾਰਾ ਲਾ ਕੇ ਜਾਂਦੇ ਹਰ ਕੀ ਦੀਦੀ ਅੰਦਰ ਤੁਹਾਨੂੰ ਘਰ ਕਹੋ ਦੀਦੀ ਨੂੰ ਮੈਂ ਗੁੱਸੇ ਹੋ ਜਾਣਾ ਚਲੋ 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 ਫਿਰ ਚਲੋ ਚਲੋ ਅੰਦਰ ਬੰਦ ਹੋ ਜਾਣਾ ਮੈਨੂੰ ਲੱਗਦਾ ਆਜੋ ਜੀ ਆਜੋ ਵੈਲਕਮ ਨਹੀਂ ਨਹੀਂ ਇਹ ਦਿੱਲੀ ਵਾਲਾ ਨਹੀਂ ਜਾਲੀ ਵਾਲਾ ਆ ਨਹੀਂ 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 ਸਤਿ ਸ਼੍ਰੀ ਅਕਾਲ ਏਡੇ ਏਡੇ ਗਲਾਸ ਲਾ ਲਓ ਗਰਮੇਰ ਡੋਲ ਤੇਰੇ ਨਾਲੋਂ ਹੈਲਥੀ ਓ ਗਰਮੇਰ ਡੋਲ ਤੇਰੇ ਨਾਲੋਂ ਹੈਲਦੀ ਆ ਹੈਲਦੀ ਆ ਹੈਲਦੀ ਆ ਖਾਂਦੇ ਪੀਂਦੇ ਕਰਦੀ ਆ ਗੁਰਮੇਹਰ ਇਹ ਖਾਂਦੇ ਪੀਂਦੇ ਘਰ ਦੀ ਆ ਕਾਕਾ ਲੈ ਕੇ ਆਇਆ ਕਾਕੇ ਨੂੰ ਸਾਹਿਬ ਨੀ ਨੀ ਕਰਾ ਦੋ ਸਾਰੀ ਦਿਹਾੜੀ ਬਿੱਲੀ ਨਾਲ ਖੇਡਦਾ ਰਹਿੰਦਾ ਲਓ ਜੀ ਵਾਹਿਗੁਰੂ ਵਾਹ ਵੀਡੀਓ ਬਣਾਉਣ ਡੇ ਭਾਬੀ ਕਹਿੰਦੀ ਚੱਲ ਸਰ ਜੀ ਤੂੰ ਸੌ ਜਾ ਕਹਿੰਦਾ ਆਪੂ ਕੀ ਵਾਹਿਗੁਰੂ ਕਰਨਾ ਹੁਣ ਮੈਂ ਜੀ ਨੇ ਗੱਲ ਕਰ ਮਾਸੀ ਕੋਲ ਤੇ ਆਏ ਜਿਹੜਾ ਗਰਮੀ ਕਿੰਨਾ ਸੋਹਣਾ ਹੁੰਦੀ ਤਾਂ ਕਿਆ ਕੀਤਾ ਮਾਸੀ ਜੀ
ਮੱਠੀ ਬਹੁਤ ਸਵਾਦ ਆ ਪਰ ਜੇ ਇਹਨੂੰ ਮੱਠੀ ਮੱਠੀ ਖਾਈਏ ਤੇ ਕਾਲੀ ਕਾਲੀ ਖਾਈਏ ਤੇ ਇਹਦੀ ਸਵਾਦ ਗੁੱਡੀ ਵੇਖਣ ਦੀ ਕਿ ਕਿੰਨੀਆਂ ਮੱਠੀਆਂ ਖਾਧੀਆਂ ਕੌਣ ਮੈਂ ਮੱਠੀ ਨੂੰ ਅਜੇ ਤੱਕ ਕਦੀ ਮੂੰਹ ਨਹੀਂ ਲਾਇਆ ਮੱਠੀ ਨੂੰ ਤੇ ਮੱਠੀ ਮੱਠੀ ਖਾਣਾ ਤੇ ਮੱਠੀ ਨੂੰ ਕਿਦਾਂ ਮੱਠੀ ਟ੍ਰੀ 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 ਇੰਡੀਆ ਉਤਰ ਕੇ ਗੱਲਾਂ ਕਰ ਰਹੇ ਹਨ ਤੇ ਬਰਫੀ ਬਰਫੀ ਸੀ ਵੱਲੀ ਉਹ ਗਾਣਾ ਨਹੀਂ ਹੈਗਾ ਮੈਂ ਬਰਫੀ ਸੀ ਵੱਲੀ ਨਹੀਂ 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 ਤੁਸੀਂ ਉਹ ਕਿਸ ਵੇਲੇ ਕਿਹੜਾ ਗਾਣਾ ਬੋਲਣ ਡੇ ਸੀ ਜਦੋਂ ਅਸੀਂ ਰੋਟੀ ਖਾਣ ਡੇ ਸੀ ਕੀ ਸੀ ਸ਼ੰਭੋ ਸਿੰਭੋ ਦੀ ਹੱਟੀ ਕਿ ਕਿਹਦੀ ਹੱਟੀ ਛੱਡ ਪਰੇ ਦੀਦੀ ਜੀ ਕਹਿੰਦੇ ਚਾਹ ਬਹੁਤ ਸਵਾਦ ਬਣਾਈ ਹੈ ਬਾਕੀ ਭਾਅ ਜੀ ਘਰ ਬਹੁਤ ਸੋਹਣਾ ਹੈ ਗਰਮੀਆਂ ਨੂੰ ਘਰ ਮਿਲ ਗਿਆ ਜੇ ਲਓ ਜੀ ਇੱਧਰ ਆਪਣੇ ਆਊਟ ਆਫ ਸੀਜ਼ਨ ਵੀ ਸਾਰਾ ਕੱਪੜਾ ਆਪਣੇ ਕੋਲ ਹੈਗਾ ਅਵੇਲੇਬਲ ਗਰਮੀਆਂ ਵਿੱਚ ਜਿਹੜੇ ਬਾਹਰ ਜਾਣ ਵਾਲੇ ਭੈਣ ਭਰਾ ਆ ਉਹਨਾਂ ਨੂੰ ਸਰਦੀਆਂ ਵਾਲਾ ਚਾਹੀਦਾ ਹੁੰਦਾ ਹਨਾ ਤੇ ਕਈ ਵਾਰ ਸਰਦੀਆਂ ਦੇ ਵਿੱਚ ਗਰਮੀਆਂ ਵਾਲਾ ਚਲੋ ਬੇਸਮੈਂਟ ਦੇ ਵਿੱਚ ਰੱਖਿਆ ਹਾਂਜੀ ਹਾਂਜੀ ਚਲੋ ਵਧੀਆ ਆ ਆਪਣਾ ਬਾਹਰ ਜਾਣ ਵਾਲੇ ਭੈਣ ਭਰਾ ਇੱਥੋਂ ਖਰੀਦ ਸਕਦੇ ਹਨਾ ਜ਼ਿਆਦਾ ਉਹਨਾਂ ਨੂੰ ਜ਼ਰੂਰਤ ਪੈਂਦੀ ਕਿਉਂਕਿ ਜਦੋਂ ਇੱਧਰ ਗਰਮੀ ਆਉਂਦੀ ਉੱਧਰ ਸਰਦੀਆਂ ਦਾ ਲੈ ਕੇ ਜਾਂਦੇ ਚਲੋ ਬਹੁਤ ਵਧੀਆ ਭਾਅ ਜੀ ਹਾਂਜੀ ਹਾਂਜੀ ਚਲੋ ਚੱਲੀਏ ਫਿਰ ਓਕੇ ਭਾਅ ਜੀ ਬਾਏ ਓਕੇ ਭਾਅ ਜੀ